ਇੰਡੀਆ ਚ ਗਏ ਹਾਂ। ਚਰਨ ਸ਼੍ਰੀ ਬਹਾਦਰੀ ਦੀਦੀ ਤੇ ਉਸਦੇ ਨਾਲ ਜਿਹੜਾ ਜੋੜਵਾਂ ਟੈਂਪਲ ਹੈ ਨਾ ਸਿੱਖਾਂ ਦਾ ਗੁਰਦੁਆਰਾ ਜਿਹੜਾ ਉਹਨਾਂ ਦੀ ਦਾਵਤ ਕੀਤੀ। ਹੁਣ ਗੌਰ ਕਰਿਓ, ਸਾਡਾ ਪ੍ਰੋਟੋਕੋਲ ਅਫਸਰ ਹੈ ਗੁਰਮੀਤ ਸਿੰਘ। ਮੈਂ ਕਿਹਾ ਗੁਰਮੀਤ ਅੱਛਾ ਜੀ, ਮੈਂ ਕਿਹਾ ਮੈਂ ਇਸ ਤੋਂ ਪਹਿਲੇ ਕਦੇ ਗੁਰਦੁਆਰੇ ਨਾ ਗਿਆ, ਮੈਂ ਗੁਰਦੁਆਰੇ ਨੇ ਆਦਾਬ ਦੱਸ ਤਾਂ ਕਿ ਉਹਨਾਂ ਦੀ ਦਿਲ ਸ਼ਿਕਨੀ ਨਾ ਹੋਵੇ। ਸੁਭਾਨ ਅੱਲਾ। ਉਸ ਆਖਿਆ ਵੀ ਇੱਕ ਹੋਰ ਨਾ ਸੁਣ, ਅਸੀਂ ਪੰਜਾਬੀ ਚ ਅਸੀਂ ਆਹਨੇ ਵੀ ਵੰਡ ਜਰਾ ਪਾਓ, ਇਸ ਗੱਲ ਦੀ ਵੰਡ ਆਪਣੇ ਆਪ ਪੈਨੇ ਰਵੇ। ਮੈਂ ਗੱਲ ਸੁਣਾਵਾਂ ਨਾ, ਵੰਡ ਆਪਣੇ ਦਿਲ ਨਾਲ ਅੰਦਰ ਜਿਹੜੀ ਤਰੱਕੜੀ ਨੇ ਨਾ ਉਹ ਤੋੜੇ ਨੇ ਰਵੇ। ਹਰ ਬੰਦੇ ਨੇ ਅੰਦਰ ਇੱਕ ਤਰੱਕੜੀ ਲੱਗੀ ਹੋਈ, ਕੋਈ ਤੋੜ ਜਿਹੜਾ ਨਾ ਤੋੜੇ ਉਸਨੇ ਆਪਣੀ ਮਰਜ਼ੀ ਤਰੱਕੜੀ ਅੰਦਰ ਅੱਲਾ ਲਾਈ ਹੋਈ। ਯਾਦ ਰੱਖਿਓ, ਤ੍ਰੈ ਤਰੱਕੜੀਆਂ ਤੋਂ ਨਾ ਬੰਦਾ ਛਪ ਸਕਣਾ ਨਾ ਨੱਸ ਸਕਣਾ। ਇੱਕ ਅੱਲਾ ਕੁਦਰਤ ਵਾਲੀ ਅੱਖ ਲੱਖੀ ਹੋਈ, ਉਸ ਕੋ ਨਹੀਂ ਬੰਦਾ ਛਪਕਣਾ। ਇੱਕ ਨਿਗਾਹ ਨਬੂਵਤ ਕੋ ਨਹੀਂ ਛਪਕਣਾ। ਇੱਕ ਜ਼ਮੀਰ ਦੇ ਅੰਦਰ ਜਿਹੜੀ ਅੱਖ ਹੈ ਉਸ ਕੋ ਨਹੀਂ ਛਪਕਣਾ। ਇਹ ਤ੍ਰੈ ਤਰੱਕੜੀਆਂ ਪੱਕੀਆਂ ਲੱਗੀਆਂ। ਬੇਸ਼ੱਕ ਸੁਭਾਨ ਅੱਲਾ ਸੁਭਾਨ ਅੱਲਾ। ਮੈਂ ਕਿਹਾ ਗੁਰਮੀਤ ਯਾਰ ਮਾਦਾ ਅਸਲ ਜੀ ਗੁਰਦੁਆਰੇ ਸਿੱਖਾਂ ਦੇ ਜਵਾਈਨਾਂ ਤੇ ਉੱਥੇ ਨੇ ਆਦਾਬ ਕੇਵਾ। ਉਸ ਮਿੰਟ ਨਾਲ ਚਾਰ ਗੱਲਾਂ ਕੀਤੀਆਂ ਗਿਣੀਆਂ ਵੀ। ਸਾਡਾ ਵੱਡਾ ਜਵਾਨ ਹੈ, ਬੜਾ ਸੋਹਣਾ ਸੀ, ਮਿੰਟ ਤੋਂ ਗੋਕੂ ਵੱਡਾ ਹੈ, ਹਾਂ ਸੋਹਣਾ ਬੜਾ। ਮਾਂ ਆਖਣ ਲੱਗ ਪਈ ਜੀ ਵੈਸੋ ਨਾ, ਅੱਗੇ ਇੱਕ ਨਿੱਕੀ ਜੀ ਨਹਿਰ, ਉੱਥੇ ਜੁੱਤੀ ਲਾ ਛੋੜਨੀ, ਉੱਥੇ ਜੁਰਾਬਾਂ ਲਾ ਛੋੜਨੀ, ਉੱਥੋਂ ਪੈਰਾਂ ਨੰਗਾ ਲੱਗਣਾ। ਬਹੁਤ ਸੋਹਣੀ ਨਹਿਰ ਹੈ, ਵੀ ਟੈਲਾਂ ਲੱਗੀਆਂ ਹੋਈਆਂ, ਬਹੁਤ ਡੂਗੀ ਨਹੀਂ, ਲੱਖ ਲੱਖ ਪਾਣੀ ਹੈ ਉਹਦੇ, ਚਾਰ ਇੱਕ ਇੰਚ ਪਾਣੀ ਹੈ, ਇਹ ਗਿੱਟੇ ਤੱਕ ਸਿਜਵੈਲਾ ਹੈ, ਨਹੀਂ ਵੀ ਗੱਲ ਸਮਝ ਗਿੱਟੇ ਤੱਕ ਸਿਜਵੈਲਾ। ਮੈਂ ਉੱਥੇ ਗਿਆ ਜੀ, ਮੈਂ ਜੁੱਤੀ ਲਾਈ, ਪਿੱਛੇ ਸਾਰਿਆਂ ਲਾ ਛੋੜੀ, ਮੈਂ ਜੁਰਾਬਾ ਲਾਈ, ਮੈਂ ਉਹਨਾਂ ਨਾਲ ਚੇਅਰਮੈਨ ਨਾਲ ਉਹਨਾਂ ਵੀ ਜੁਰਾਬਾ ਲਾ ਛੋੜੀ, ਜੇ ਮੈਂ ਉਸ ਵਿੱਚ ਲੱਗਾ ਉਂਝ ਉਹ ਵੀ ਉਸ ਵਿੱਚ ਲੱਗ ਗਿਆ। ਅੱਗੇ ਗਿਆ, ਅੱਗੇ ਜਿਹੜੀ ਉਹਨਾਂ ਦੀ ਗ੍ਰੰਥ ਕਿਤਾਬ ਉਸਾਂ ਉਹ ਟੈਂਪਲ 'ਚ ਰੁਖਸਤ ਪੈ ਕਰੇ ਨੇ। ਮੈਂ ਉਸ ਨਕਸ਼ਾ ਦੱਸ ਹੀ ਨਾ ਸਕਣਾ, ਕੀ ਕਹਿ ਸਦਰ ਆ, ਕੀ ਕਹਿ ਵਜ਼ੀਰ ਆਜ਼ਮ ਆ, ਕੀ ਕਹਿ ਚੀਫ ਆਫ ਆਰਮੀ ਸਟਾਫ ਆ, ਅਗਲਿਆਂ ਪ੍ਰੋਟੋਕੋਲ ਦੇਣਾ ਜਾਂ ਸਲਾਮੀ ਕਰਨੀ, ਪਰ ਉਸ ਗ੍ਰੰਥ ਜਿਹੜੀ ਉਸਾਂ ਜੋ ਕੁਝ ਸਿੱਖਾਂ ਪਿਆਰ ਔਰ ਮੁਹੱਬਤ ਦਾ ਉਸਾਂ ਰੁਖਸਤ ਪੈ ਕਰ ਰਹੇ ਨੇ, ਉਹ ਅਜੀਬ ਹੀ ਮੰਦਰ ਹੈ। ਮੈਂ ਆਖਾਂ ਮਾਰੋ ਮੁਸਲਮਾਨੋ, ਕਦੇ ਤੁਸੀਂ ਗ੍ਰੰਥ ਨਾ ਇਹ ਵੇਖੋ, ਆ ਤੁਸਾਂ ਪਤਾ ਲੱਗਾ ਵੀ ਕੁਰਾਨ ਨਾ ਅਦਬ ਕਿੰਜ ਕਰਦਾ। ਮੈਂ ਆਖਾਂ ਅਸੀਂ ਸਿੱਖਾਂ ਦੇ ਬਿਨਾਂ ਅਦਬ ਨਾ ਪਾਉਂਦੇ। ਅੱਛਾ ਮੈਂ ਆਖਣ ਲੱਗਾ, ਕਿਉਂਕਿ ਤੁਸੀਂ ਚੇਅਰਮੈਨ ਹੋ, ਤੁਹਾਨੂੰ ਉਹਨਾਂ ਨੂੰ ਗੁਫ਼ਤਗੂ ਕਰਾਉਣੀ ਕਰਾਉਣੀ। ਉਸ ਮਾਂ ਕਿਹਾ ਵੀ ਅਗਰ ਤੁਸਾਂ ਗੁਰਦੁਆਰੇ ਨੇ ਨਾ ਗਿਆ ਨਾ, ਤੇ ਸਿਰਫ ਗੁਰਦੁਆਰਾ ਨਾ ਆਖਿਓ, ਆਖਿਓ ਗੁਰਦੁਆਰਾ ਸਾਹਿਬ ਇਮਾਮ ਗੁਰਮੀਤ ਸਿੰਘ ਆ ਗਿਆ। ਮੈਂ ਕਿਹਾ ਠੀਕ ਹੈ। ਉਸ ਆਖਿਆ ਅਗਰ ਤੁਸਾਂ ਮਾਨਣ ਲੱਗ ਵੀ ਕੋਈ ਗ੍ਰੰਥ ਚ ਕੋਈ ਯਾਦ ਨੀ, ਮੈਂ ਕਿਹਾ ਬੜੀਆਂ ਬਾਣੀਆਂ ਯਾਦ ਕਰਕੇ ਆਇਆ ਵਾ, ਮੈਂ ਕਿਹਾ ਬਹੁਤ ਕੁਝ ਯਾਦ ਹੋ, ਮੈਂ ਕਿਹਾ ਮਾਂ ਗ੍ਰੰਥ ਦੀ ਬਾਣੀ ਯਾਦ ਹੋਵੇ ਨਾ ਹੋਵੇ, ਮੈਂ ਪੂਰਾ ਸਿੱਖ ਇਜ਼ਮ ਮੈਂ ਰਟਾ ਵਾ, ਮਾਂ ਪਤਾ ਵੀ ਸਿੱਖ ਇਜ਼ਮ ਜਾਂ ਜਿਹੜਾ ਸਿੱਖ ਮਜ਼ਹਬ ਹੈ ਉਸਨੇ ਵਿੱਚ ਅਸਲ ਬੁਨਿਆਦ ਕਿਵੇ, ਮਾਂ ਉਹ ਪਤਾ ਅਗੋ ਉਸ ਤੇ ਲੇਪਾ ਪੋਥੀ ਕਰਨੀ ਨੂੰ ਮਾਂ ਅੱਲਾ ਬੜੀ ਯਾਦ ਦੱਸੀ। ਉਹਨਾਂ ਦੀ ਕਿਤਾਬ ਪਈ, ਮੈਂ ਕਹਿ ਕੇ ਤਕੇਨਾ ਮਾ ਪਤਾ ਲੱਗੇ ਵੀ ਹੇ ਕਿਵੇ ਤੇ ਹੇ ਕਿਵੇ ਸੋਹਣੇ
آمنا نلال جڑا اسلام دیتا ہو کے خدا نے قسم ہے اسلام جڑا نا یہ مصری تو بھی میٹھا اتنی میٹھی چاہے اسلام اس میں آخا اگر گرنتھ نہ کہتے صرف گرنتھ نہ آخو آخو گرنتھ صاحب گردوارا صاحب گرنتھ صاحب اگر بابے گرو نانک نے کرنا حوالہ دیتا نے تو ماں اس آخر صرف گرو نانک نہ آخو گرو نانک صاحب آخو میں سوچے تھے میں او ماں ہندوستان میں سکھ آخنا گردوارا صاحب آخو مدینہ جس ویلے آخو مصری نا گھول کے آخو مدینہ شریف شربت گھول کے آخا گھر تاجے تسا آخنے نے بھی چاسا وے میرے رسول اللہ اپنے شہر نہ سننے نے بھی چاسا وے